13 ਤਰੀਕ ਰਾਤ ਨੂੰ ਐਤਵਾਰ ਪਿਛਲੇ ਐਤਵਾਰ ਜਿਹੜਾ ਸਾਡੇ ਕੋਤਵਾਲੀ 'ਚ ਇੱਕ ਮਸ਼ੀਨਾਂ ਵਾਲਾ ਬਾਜ਼ਾਰ ਪੈਂਦਾ ਜਿਹਦੇ 'ਚ ਇੱਕ ਜਿਹੜੇ ਵਪਾਰੀ ਸੀਗੇ ਬਾਊ ਜੀ ਉਹਨਾਂ ਦੇ ਘਰ 4 ਬੰਦਿਆਂ ਨੇ ਲੁੱਟ ਕੀਤੀ ਸੀਗੀ ਅਤੇ ਉਹਦੇ 'ਚ ਵਿੱਚ ਜਿਹੜੀ ਹੈਗੀ ਆਪਾਂ ਸਾਡੀ ਥਾਣਾ ਨੰਬਰ 1 ਦੀ ਪੁਲਿਸ ਟੀਮ ਨੇ ਬੜੀ ਡੂੰਘਾਈ ਨਾਲ ਅਤੇ ਚੰਗੇ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਜਿਹੜੇ ਚਾਰੋਂ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਅਤੇ ਉਹਨਾਂ ਦੇ ਵਿਚਾਰਾਂ ਦੀ ਅਰੈਸਟ ਪੈ ਚੁੱਕੀ ਹੈ। ਇਹਦੇ ਵਿੱਚ ਜਿਹੜਾ 70,000 ਰੁਪਇਆ ਕੈਸ਼ ਜਿਹੜਾ ਉਹਨਾਂ ਨੇ ਲੁੱਟ ਕੀਤਾ ਸੀ ਕੁਛ ਉਹਨਾਂ ਨੇ ਖਰਚਦਾ ਸੀਗਾ, ਬਾਕੀ 70,000 ਕੈਸ਼, ਜਿਹੜੀ 2 ਸੋਨੇ ਦੀ ਚੂੜੀਆਂ ਸੀਗੀਆਂ ਅਤੇ ਬਾਕੀ ਇੱਕ ਜਿਹੜਾ ਰਿੰਗ ਸੀਗੀ ਜਿਹੜੀ ਉਹਨਾਂ ਨੇ ਲੁੱਟ ਕੀਤੀ ਸੀਗੀ ਉਹ ਸਾਰੀ ਸਾਡੀ ਪੁਲਿਸ ਪਾਰਟੀ ਵੱਲੋਂ ਬਰਾਮਦ ਕਰ ਲਿੱਤੀਆਂ ਗਈਆਂ ਨੇ। ਉਸ ਤੋਂ ਇਲਾਵਾ ਜਿਹੜੇ ਵੈਪਨ, ਦਾਤਰ ਵਗੈਰਾ ਜਾਂ ਹੋਰ ਹਥਿਆਰ ਜਿਹੜੇ ਉਹਨਾਂ ਕੋਲੋਂ ਯੂਜ਼ ਕੀਤੇ ਗਏ ਸੀਗੇ ਉਹ ਵੀ ਜਿਹੜੇ ਹੈਗੇ ਦੋਸ਼ੀਆਂ ਕੋਲੋਂ ਬਰਾਮਦ ਕੀਤੇ ਜਾ ਚੁੱਕੇ ਨੇ। ਇਸ ਤੋਂ ਇਲਾਵਾ ਇਹਨਾਂ ਨੇ ਹੋਰ 2 ਮੋਬਾਈਲ ਜਿਹੜੇ ਸਨੈਚ ਕੀਤੇ ਸੀਗੇ ਉਹ ਵੀ ਆਪਣੀ ਪੁਲਿਸ ਪਾਰਟੀ ਨੇ ਟਰੇਸ ਕੀਤਾ। ਜਿਹੜੇ ਚਾਰੋਂ ਦੋਸ਼ੀ ਹੈਗੇ ਨੇ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਆ ਅਤੇ ਇਸ ਤੋਂ ਇਲਾਵਾ ਇਹਨਾਂ ਨੇ ਜੇ ਕੋਈ ਪੁਰਾਣੀਆਂ ਕੋਈ ਹੋਰ ਵਾਰਦਾਤਾਂ ਜਾਂ ਇਹਨਾਂ ਦੇ ਜਿਹੜੇ ਪਰਚੇ ਆ ਉਹ ਫਰਦਰ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਇਹਨਾਂ ਤੋਂ ਕਲੀਅਰ ਕੀਤੇ ਜਾਣਗੇ। ਫਿਲਹਾਲ ਹਾਲੇ ਇੱਦਾਂ ਦਾ ਨਹੀਂ, ਇੱਕ RPF ਦਾ ਇਹਨਾਂ ਦਾ ਪਹਿਲਾਂ ਦਾ ਹੈਗਾ ਉਹ ਵੀ ਆਪਾਂ ਡਿਟੇਲ ਲੈ ਰਹੇ ਹਾਂ, ਬਾਕੀ ਉਸ ਤੋਂ ਇਲਾਵਾ ਹੋਰ ਵੀ ਜਿਹੜੀ ਡਿਊਰਿੰਗ ਇੰਟਰੋਗੇਸ਼ਨ ਹੈਗਾ ਇਹਨਾਂ ਦੇ ਹੋਰ ਡਿਟੇਲਸ ਆ ਉਹ ਆਪਾਂ ਕਲੀਅਰ ਕਰਾਂਗੇ। ਨਹੀਂ ਹਾਲੇ ਐਸਾ ਕੁਛ ਨਹੀਂ, ਮੈਡੀਕਲ 'ਚ ਜਿਹੜਾ ਹੈਗਾ ਕਲੀਅਰ ਹੋ ਜਾਏਗਾ ਜੀ। ਇਹ 4 ਮੈਂਬਰ ਸੀਗੇ ਜੀ।